ਪੰਜਾਬੀ ਇੱਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੀਆਂ ਵੱਡੀਆਂ ਖਬਰਾਂ, ਨਜਾਇਜ਼ ਮਾਈਨਿੰਗ ਤੇ ਮਾਨ ਸਰਕਾਰ ਦਾ ਵੱਡਾ ਐਕਸ਼ਨ। ਨਜਾਇਜ਼ ਮਾਈਨਿੰਗ ਕਰਦੇ 5 ਕੀਤੇ ਗ੍ਰਿਫਤਾਰ, 4 ਜੇਸੀ ਮਸ਼ੀਨਾਂ ਸਮੇਤ 3 ਟਿੱਪਰ ਕੀਤੇ ਜ਼ਬਤ। ਬਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਿਲਾਂ, ਪੁਲਿਸ ਨੇ ਭੇਜਿਆ ਸਮਨ 18 ਦਸੰਬਰ ਨੂੰ ਪੇਸ਼ ਹੋਣ ਦੇ ਦਿੱਤੇ ਹੁਕਮ। ਪੰਜਾਬ ਦੀਆਂ ਕੁੜੀਆਂ ਲਈ ਮਾਨ ਸਰਕਾਰ ਦਾ ਵੱਡਾ ਐਲਾਨ, ਸੁਣਾਈ ਨਵੀਂ ਖੁਸ਼ਖਬਰੀ। ਪੰਜਾਬ ਸਰਕਾਰ ਦਾ ਖੇਡਾਂ ਲੈ ਕੇ ਵੱਡਾ ਫੈਸਲਾ, ਪੰਜਾਬ 'ਚ ਖੋਲ੍ਹੀਆਂ ਜਾਣਗੀਆਂ 1000 ਖੇਡ ਨਰਸਰੀਆਂ। ਪੰਜਾਬ 'ਚ ਵਧਿਆ ਠੰਡ ਤੇ ਧੁੰਦ ਦਾ ਪ੍ਰਕੋਪ, ਮੌਸਮ ਵਿਭਾਗ ਨੇ ਦਿੱਤੀਆਂ ਅਹਿਮ ਜਾਣਕਾਰੀ। ਘੱਟ ਸਕਦੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ, ਲੋਕਾਂ ਨੂੰ ਜਲਦ ਮਿਲੇਗੀ ਵੱਡੀ ਰਾਹਤ। ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨਾਂ ਤੋਂ ਬਾਅਦ ਬੋਲੇ ਸੁਨੀਲ ਜਾਖੜ, ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤਾ ਸੁਚੇਤ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨਜਾਇਜ਼ ਮਾਈਨਿੰਗ ਖਿਲਾਫ ਲਗਾਤਾਰ ਕਾਰਵਾਈਆਂ ਕਰ ਰਹੀ ਹੈ। ਗੈਰ ਕਾਨੂੰਨੀ ਮਾਈਨਿੰਗ ਤੇ ਹੁਣ ਵੱਡੀ ਕਾਰਵਾਈ ਕਰਦਿਆਂ ਪੁਲਿਸ ਵੱਲੋਂ 2 ਵੱਖ ਵੱਖ ਜਗ੍ਹਾ ਤੇ ਰੇਡ ਕੀਤੀ ਗਈ ਹੈ ਤੇ ਗੈਰ ਕਾਨੂੰਨੀ ਮਾਈਨਿੰਗ ਕਰਦੇ ਹੋਏ 4 ਪੋਕਲੈਂਡ ਮਸ਼ੀਨ ਅਤੇ 3 ਟਿੱਪਰ ਜ਼ਬਤ ਕੀਤੇ ਗਏ ਹਨ ਅਤੇ 5 ਲੋਕਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਹ 5 ਜੋ ਆਰੋਪੀ ਫੜੇ ਗਏ ਹਨ, ਇਹ 2 ਵੱਖ ਵੱਖ ਕ੍ਰੈਸ਼ਰਾਂ ਤੇ ਕੰਮ ਕਰਦੇ ਸਨ, ਜਿਸ ਦੇ ਚੱਲਦਿਆਂ ਪੁਲਿਸ ਵੱਲੋਂ ਕ੍ਰੈਸ਼ਰ ਮਾਲਕਾਂ ਨੂੰ ਵੀ ਇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਪਠਾਨਕੋਟ ਪੁਲਿਸ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਵੱਖ ਵੱਖ 2 ਮਾਮਲਿਆਂ ਦੇ ਵਿੱਚ ਪੁਲਿਸ ਵੱਲੋਂ 4 ਪੋਕਲੈਂਡ ਮਸ਼ੀਨ ਅਤੇ 3 ਟਿੱਪਰ ਜ਼ਬਤ ਕੀਤੇ ਗਏ ਹਨ ਅਤੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਤੇ ਪਿਛਲੇ ਦਿਨ ਵੀ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਵੱਡੀ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਨਜਾਇਜ਼ ਮਾਈਨਿੰਗ ਕਰਨ ਵਾਲੇ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ, ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਲਗਾਤਾਰ ਨਜਾਇਜ਼ ਮਾਈਨਿੰਗ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਪੁਲਿਸ ਵੱਲੋਂ ਸੰਮਣ ਭੇਜ ਕੇ 18 ਦਸੰਬਰ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ। 2021 ਦਾ NDPS ਦਾ ਮੁਕੱਦਮਾ ਹੈ। ਮਜੀਠੀਆ ਨੂੰ SIT ਅੱਗੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ। ਮਜੀਠੀਆ ਨੂੰ ਪੁਲਿਸ ਨੇ ਪਟਿਆਲਾ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਇਸ ਤੇ ਬਿਕਰਮ ਸਿੰਘ ਮਜੀਠੀਆ ਨੇ ਵੀ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਟਵੀਟ ਕਰਦੇ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਜਿਹੜੇ ਇਹ ਲਵ ਲੈਟਰ ਦੀ ਉਡੀਕ ਸੀ ਉਹ ਆ ਗਿਆ ਹੈ, ਪਰ ਦੁੱਖ ਇਸ ਗੱਲ ਦਾ ਹੈ ਕਿ ਇਹ ਲਵ ਲੈਟਰ ਪੰਜਾਬ ਪੁਲਿਸ ਵੱਲੋਂ ਮਿਲਿਆ ਹੈ। ਜੇਕਰ ਇਹ ਚਿੱਠੀ ਮੁੱਖ ਮੰਤਰੀ ਵੱਲੋਂ ਮਿਲਦੀ ਤਾਂ ਖੁਸ਼ੀ ਹੁੰਦੀ, ਉਹਨਾਂ ਨੂੰ ਮੁੱਖ ਮੰਤਰੀ ਨਾਲ 2-2 ਹੱਥ ਕਰਨ ਦਾ ਮੌਕਾ ਮਿਲਦਾ। ਇਸ ਦੇ ਨਾਲ ਹੀ ਬਿਕਰਮ ਮਜੀਠੀਆ ਨੇ ਆਪਣੀ ਵੀਡੀਓ ਰਾਹੀਂ ਦੱਸਿਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਪੂਰਥਲਾ ਵਿੱਚ ਉਹਨਾਂ ਦੀ ਪਤਨੀ ਤੇ ਦਰਜ ਕੇਸ ਤੇ ਸਟੇਅ ਦੇ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੀਆਂ ਕੁੜੀਆਂ ਨੂੰ ਵੱਡੀ ਖੁਸ਼ਖਬਰੀ ਸੁਣਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਹਥਿਆਰਬੰਦ ਬਲਾਂ ਵਿੱਚ ਭਰਤੀ ਹੋਣ ਦੀਆਂ ਚਾਹਵਾਂ ਪੰਜਾਬ ਦੀਆਂ ਲੜਕੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਅਹਿਮ ਪਹਿਲਕਦਮੀ ਕਰਦਿਆਂ ਪੰਜਾਬ ਸਰਕਾਰ ਨੇ ਕਪੂਰਥਲਾ ਵਿਖੇ ਵਿਸ਼ੇਸ਼ ਤੌਰ ਤੇ ਲੜਕੀਆਂ ਲਈ ਸੈਂਟਰ ਫੋਰ ਟ੍ਰੇਨਿੰਗ ਐਂਡ ਇੰਪਲੋਇਮੈਂਟ ਆਫ ਪੰਜਾਬ ਯੂਥ ਕੈਂਪ ਖੋਲ੍ਹਣ ਦਾ ਫੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਇਸ ਕੈਂਪ ਨੂੰ ਮਹਿਲਾ ਸਟਾਫ ਵੱਲੋਂ ਹੀ ਚਲਾਇਆ ਜਾਵੇਗਾ। ਇਹ ਫੈਸਲਾ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਪ੍ਰਧਾਨਗੀ ਵਿੱਚ ਹੋਈ ਐਗਜ਼ੀਕਿਊਟਿਵ ਬੋਰਡ ਦੀ 33ਵੀਂ ਮੀਟਿੰਗ ਵਿੱਚ ਲਿਆ ਗਿਆ ਹੈ। ਅਮਨ ਅਰੋੜਾ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿੱਚ ਥੇ ਕਾਂਜਲਾ ਵਿਖੇ ਸਥਿਤ ਮੌਜੂਦਾ ਸੀ ਪਾਇਟ ਕੈਂਪ ਨੂੰ ਲੜਕੀਆਂ ਦੇ ਕੈਂਪ ਵਿੱਚ ਤਬਦੀਲ ਕੀਤਾ ਜਾਵੇਗਾ, ਜਿੱਥੇ ਉਹਨਾਂ ਨੂੰ ਹਥਿਆਰਬੰਦ ਬਲਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਲਈ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਇਸ ਪਾਇਟ ਕੈਂਪ ਵਿੱਚ ਸਿਰਫ ਲੜਕੀਆਂ ਨੂੰ ਹੀ ਸਿਖਲਾਈ ਦਿੱਤੀ ਜਾ ਰਹੀ ਸੀ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਪੰਜਾਬ ਸਰਕਾਰ ਨੇ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਕੀਤਾ ਹੈ। ਖੇਡ ਵਿਭਾਗ ਨੇ ਵੱਡੇ ਖੇਡ ਇਲਾਕਿਆਂ ਵਿੱਚ ਆਪਣੀ ਤਾਕਤ ਦਿਖਾਉਣ ਲਈ ਛੋਟੀ ਉਮਰ ਤੋਂ ਹੀ ਖਿਡਾਰੀਆਂ ਨੂੰ ਤਿਆਰ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਪੰਜਾਬ 'ਚ 1000 ਖੇਡ ਨਰਸਰੀਆਂ ਖੋਲ੍ਹੀਆਂ ਜਾਣਗੀਆਂ। ਪਹਿਲੇ ਪੜਾਅ ਵਿੱਚ ਪੰਜਾਬ 'ਚ 250 ਖੇਡ ਨਰਸਰੀਆਂ ਖੋਲ੍ਹੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ 205 ਨਰਸਰੀਆਂ ਪੇਂਡੂ ਪੱਧਰ 'ਤੇ ਬਣਾਈਆਂ ਜਾਣਗੀਆਂ, ਜਦਕਿ 45 ਸ਼ਹਿਰੀ ਇਲਾਕਿਆਂ ਵਿੱਚ ਹੋਣਗੀਆਂ। ਨਰਸਰੀਆਂ ਦਾ ਪਹਿਲਾ ਪੜਾਅ ਸ਼ੁਰੂ ਕਰਨ ਤੋਂ ਪਹਿਲਾਂ ਵਿਭਾਗ ਨੇ ਪਾਇਲਟ ਫੇਜ਼ ਵਿੱਚ 12 ਖੇਡ ਨਰਸਰੀਆਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਦੇਸ਼ ਦੇ ਕਈ ਸੂਬਿਆਂ ਵਿੱਚ ਬਾਰਿਸ਼ ਤੋਂ ਬਾਅਦ ਠੰਡ ਹੋਰ ਵਧਣ ਜਾ ਰਹੀ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਕਈ ਰਾਜਾਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇੰਨਾ ਹੀ ਨਹੀਂ, IMD ਨੇ 12 ਦਸੰਬਰ ਯਾਨੀ ਅੱਜ ਤੋਂ ਪੱਛਮੀ ਬੰਗਾਲ ਅਤੇ ਸਿੱਕਮ ਦੇ ਵੱਖ ਵੱਖ ਹਿੱਸਿਆਂ ਵਿੱਚ ਗੜੇਮਾਰੀ ਦਾ ਅਲਰਟ ਵੀ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਿਕ ਜੰਮੂ ਕਸ਼ਮੀਰ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਦਿੱਲੀ NCR ਦੇ ਮੌਸਮ ਦੀ ਗੱਲ ਕਰੀਏ ਤਾਂ ਇੱਥੇ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਖਪਤਕਾਰਾਂ ਨੂੰ ਜਲਦੀ ਹੀ ਇੱਕ ਵੱਡੀ ਖੁਸ਼ਖਬਰੀ ਮਿਲਣ ਦੀ ਸੰਭਾਵਨਾ ਹੈ, ਕਿਉਂਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 1 ਸਾਲ ਤੋਂ ਵੱਧ ਸਮੇਂ ਤੱਕ ਸਥਿਰ ਰਹਿਣ ਤੋਂ ਬਾਅਦ ਘੱਟ ਸਕਦੀਆਂ ਹਨ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਰਮੀ ਦੇ ਲਾਭ ਖਪਤਕਾਰਾਂ ਤੱਕ ਪਹੁੰਚਾਉਣ ਦੀ ਚਰਚਾ ਸ਼ੁਰੂ ਹੋ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਇੱਕ
रिपोर्ट विच दस्या गया कि पेट्रोल ते डीजल दीआं कीमतां जल्दी ही घट कीतीआं जा सकदीआं हन क्योंकि तेल मार्केटिंग कंपनियां हुण दोवां ईंधन ते मुनाफा कमा रहीआं हन। सरकार ने लोकां नूं कुछ राहत देण लई इस ते चर्चा शुरू कर दित्ती है। वित्त ते तेल मंत्रालय करोड़ दी मौजूदा कीमत दे हालात ते चर्चा च है। दिल्ली सरकार दी नवीं शराब नीति कारण आम आदमी पार्टी दे ज्यादातर सीनियर लीडर जेलां विच बंद हन। विरोधी पार्टियां इस नूं कट्टड़ी ईमानदारां दा वड्डा घपला दस रहीआं हन। इस दौरान पंजाब भाजपा के प्रधान सुनील जाखड़ ने पंजाब के मुख्यमंत्री नूं सुचेत किया है। सुनील जाखड़ ने कहा कि दिल्ली के मुख्यमंत्री अरविंद केजरीवाल की घर घर शराब पहुंचाने की चाल नूं भारतीय जनता पार्टी ने नाकाम कर दिता है। उम्मीद है कि भगवंत मान कल ऐलानिया गई 43 होर सरकारी सेवावां दे नाल पंजाब विच शराब की होम डिलीवरी की योजना नहीं बना रहे हैं। जिक्र करते कि पंजाब के लोगों को घर बैठे 43 सरकारी सेवावां मिलनगियां। इसकी शुरुआत मुख्यमंत्री भगवंत मान ते आम आदमी पार्टी के सुप्रीमो अरविंद केजरीवाल ने की है। पंजाब सरकार जनवरी 2024 पंचायती चोणां करवा सकती है। पंजाब इस संबंधी चोण कमीशन वालों सारे डीसी दफ्तरों को नोटिफिकेशन भेज दिया गया है। इस तो पहला अगस्त महीने में होने वाली पिंड पंचायत चोणों लैके विवाद खड़ा हो गया सी, जिस विच सरकार ने 6 महीने पहला पंचायतों को भंग कर दिता सी। मामला पंजाब ते हरियाणा हाई कोर्ट विच पहुंचन तो बाद सरकार ने इसते यूटर्न लै लिया सी। पंजाब चोण कमीशन वालों डीसी दफ्तरों को भेजी नोटिफिकेशन अनुसार अंतिम वोटर सूची 7 जनवरी तक प्रकाशित की जानी है। इस तो पहला सूबे विच ग्राम पंचायत चोणां करवाउण लई 11 दसंबर तो 18 दसंबर तक वोटर सूचियां तैयार करने लई कहा गया है। नवे नोटिफिकेशन अनुसार वोटर सूचियों का ड्राफ्ट नोटिफिकेशन 20 दसंबर तक तैयार किया जाना है। वेखो जिहड़ा ये नशा है ना, नशा कल्ली प्रॉब्लम पंजाब की नहीं, जां ये हुण दी प्रॉब्लम नहीं, ये प्रॉब्लम पूरी दुनिया की आ। तो पिछलियां जिहड़ियां रवायती पार्टियां रहियां उन्हां वालों जिहड़े समगलर फड़े जाने जां कोई गलत अंसर फड़िया जाना, गैंगस्टर फड़िया जाना, उन्हां दी पुश्त पनाई की जानी। आम आदमी पार्टी की जदों की सरकार बनी आ, साडे MLA मंत्री साडे मुख्यमंत्री साहब वालों तो सीधे निर्देश ये आ कि जे कोई साडा लीडर भी किसी का फोन करता थाने जां SSP नूं उत्ते बेशक परचा दर्ज करो। तो साडे MLA मंत्री किसी नाल विखा दिओ जे कोई समगलर आ जां कोई गैंगस्टर आ जां किसी की कोई पुश्त पनाई की। वेखो सरकार ते पुलिस जिहड़ी आ उह संसीयर आ, असीं चाहुंदे आ कि साडा समाज जिहड़ा साडा पंजाब बिल्कुल साफ सुथरा होवे, पर जिहड़ी कोई भी इहो जी जलालत आ जिहड़ी पुराणियां ने प्रमोट कीती आ उहनूं खत्म करन लई समां लगेगा। सरकार की जिहड़ी नीयत आ ते नीति आ उह इक्को ही आ वी इह जिहड़ा जहर आ इहनूं बंद करना वा। इह नहीं कि पिछलियां वांग मूँह ते कुछ होर ते नीति कुछ होर, असीं इस जहर नूं बंद करके साह लवांगे। मुख्यमंत्री साहब ने भी बकायदा सारे SSP साहिबानां नाल मीटिंग कीती आ, SSP साहब भी सारे संसीयर ने, किसे नाल जिहड़ा ड्रग ते मसले ते 0% भी कंप्रोमाइज़ नहीं गा। जे कोई गलत धंधा करता उत्ते ठोक के कार्रवाई की जाती है, परचा दर्ज किया जाता। आने वाले समय से तुहानू नरोग ते नरुआ पंजाब मिलेगा, वह साडा रंगला इतिहास दा वसदा पंजाब मिलेगा। देखो तुसीं आप ही आपदे सवाल का जवाब देता कि जिहड़ा नशा वा वह कांग्रेस सरकार ने जिहड़ा डोप टैस्ट शुरू किया है तो उहदे च पुलिस वाले भी कई अडिक्टड ही। तो वेखो पंजाब सरकार मान सरकार जिहड़ी आ वह लोगों की सरकार आ, असीं भी जिहड़े कोई ड्रग एडिक्टेड आ उन्हां दा इलाज करा रहे हैं, पिछा नूं मोड़ रहे हैं, नवीं ग्राउंडां बना रहे हैं तां जो नौजवान बच्चे बच्चियां ग्राउंडां नाल जुड़न। जिहड़ा ये जहर आ इहनूं खत्म करके साह लवांगे। जिहड़ी पंजाब सरकार आ इहदा मेन एजेंडा ही इहो आ कि असीं जिहड़ा हैरोइन समैक करके जहर आ जिहड़े पंजाब दे नौजवानां नूं योध्यां नूं वड्डियां वड्डियां लड़ाइयां वड्डियां वड्डियां जंगां नहीं कुछ कर सकियां, तो वह एक 1.5 इंच की सूई जिहड़ी इहो जिही जहर आ उह खत्म करी जा रहा। असीं आपदे नौजवानां नूं बचावांगे, किसे ना किसे तरह की जिहड़ी कोई अनहोनी है ना होवे। परमात्मा अग्गे अरदास बेनती करदे आ कि साडे नौजवान सीधे रस्ते ते चलण। पंजाब सरकार लोकां दी सरकार आ, असीं इह जहर नूं खत्म करके दवांगे। पंचायती चोणां जिहड़ियां मिथे समें ते होणगियां, अज्ज वैसे तो पाईटैक्स की गल करनी चाहीदी ही, आपां अज्ज पोलीटिकल तौर पर नहीं आए, अज्ज तो आपां अपने किसान वीरां दे ते जिहड़े इत्थे पार्टीसिपेट करना है उन्हां नूं प्रमोट कर लिया है। सारिआं नूं प्यार भरी सति श्री अकाल जी। मैनूं अज्ज तुहाडे नाल मैं सोचिआ कि गल्लां साझियां करां, जिस गल दी मैनूं उडीक सी ओह लव लैटर भगवंत मान जी वालों, असल च उन्हां वालों नहीं आई, इस गल दा दुख है, मगर जिहड़ी उन्हां दी होम मिनिस्टर ने उस सूबे दे चीफ मिनिस्टर ने उन्हां दी पुलिस फोर्स वालों
ਮੈਨੂੰ ਇੱਕ ਉਹਨਾਂ ਦੀ ਚਿੱਠੀ ਆਈ ਹੈ ਕਿ ਸਾਡੇ ਦਫ਼ਤਰ 'ਚ ਪੇਸ਼ ਮਨ ਨੂੰ ਤਸੱਲੀ ਬੜੀ ਹੋਈ ਕਿ ਮਾਨ ਸਾਹਿਬ ਤੇਰੇ ਸੀਨੇ ਤੇ ਸੱਟ ਮਾਰਨੀ ਸੀ ਠਾ ਵੱਜੀ ਹੈ ਜਾ ਦੁੱਖ ਇਸ ਗੱਲ ਦਾ ਸਵਾਦ ਤਾਂ ਆਉਂਦਾ ਮਿੱਤਰਾ ਜੇ ਤੂੰ ਕਿਤੇ ਮੈਨੂੰ ਸੱਦਿਆ ਹੁੰਦਾ ਤੇਰੇ ਨਾਲ ਸਿੱਧੇ ਦੋ ਦੋ ਹੱਥ ਕੀਤੇ ਹੁੰਦੇ ਤੇਰੀ ਉਹ ਤਸੱਲੀ ਕਰਾ ਕੇ ਮੈਂ ਮੁੜਨੀ ਸੀ ਕਿ ਜੋ ਪੰਜਾਬੀਆਂ ਨੂੰ ਪੰਜਾਬੀਆਂ ਪੰਜਾਬ ਨਾਲ ਜੋ ਤੂੰ ਧੋਖਾ ਕਰ ਰਿਹਾ ਸ਼ਾਇਦ ਕਿਤੇ ਤੈਨੂੰ ਅਕਲ ਆ ਜਾਂਦੀ ਕਿ ਨਹੀਂ ਭਾਈ ਮੈਂ ਬਹੁਤ ਵੱਡੀ ਝੂਠ ਤੇ ਗੱਪ ਦੀ ਰਾਜਨੀਤੀ ਆ ਉਹ ਤੋਂ ਬਾਅਦ ਆ ਜਾ ਚਲੋ ਮਗਰ ਮੈਂ ਜਿਵੇਂ ਜ਼ਿਕਰ ਕੀਤਾ ਆ ਪਿਆਰ ਭਰੀ ਚਿੱਠੀ ਸਿਰਫ ਇਸ ਲਈ ਐਡੀ ਦਰਦ ਹੋ ਗਈ ਭਾਊ ਇਹ ਤਾਂ ਹਲੇ ਸ਼ੁਰੂਆਤ ਹੈ ਮਾਨ ਸਾਹਿਬ ਮੈਨੂੰ ਉਹਨਾਂ ਕਮਜ਼ੋਰ ਲੀਡਰਾਂ ਚੋਂ ਨਾ ਸਮਝ ਲਈ ਜਿਨ੍ਹਾਂ ਨੂੰ ਤੂੰ ਰਾਤ ਦੇ ਹਨੇਰੇ ਮਿਲਦਾ ਰਿਹਾ ਜਾਂ ਮਿਲ ਕੇ ਸੌਦੇਬਾਜ਼ੀ ਕਰਦਾ ਰਿਹਾ ਨਾ ਤੇਰੇ ਨਾਲ ਕੋਈ ਸੌਦਾ ਠੋਕ ਕੇ ਗੱਲ ਕਰੂੰ ਅੱਜ ਵੀ ਕਰੂੰ ਕੱਲ੍ਹ ਵੀ ਕਰੂੰ ਪਰਸੋਂ ਵੀ ਕਰੂੰ ਔਰ ਜਿੱਥੇ ਜ਼ੋਰ ਲੱਗਦਾ ਜ਼ੋਰ ਲਾ ਲਈ ਮਿੱਤਰਾ ਹਾਂ ਇਹ ਵੀ ਮੈਂ ਸਮਝ ਸਕਦਾ ਮਜਬੂਰੀ ਕੀ ਹੈ ਆਹ ਹਥਕੰਡੇ ਕਿਸੇ ਪੁਲਿਸ ਨੂੰ ਵਰਤਣਾ ਕਿਸੇ ਹੋਰ ਏਜੰਸੀ ਨੂੰ ਵਰਤਣਾ ਕਿਤੇ ਤੁਸੀਂ ਦੱਬ ਲਓਗੇ ਦੱਬਣਾ ਤਾਂ ਭਾਊ ਤੈਨੂੰ ਮੈਂ ਔਰ ਟਕਾ ਕੇ ਦੱਬੂ ਜਿਵੇਂ ਤੂੰ ਲੋਕਾਂ ਨੂੰ ਦੱਬਣ ਨੂੰ ਫਿਰਦਾ ਮੀਡੀਆ ਨੂੰ ਤੁਸੀਂ ਗਾਇਬ ਕਰ ਛੱਡਿਆ ਮੀਡੀਆ 'ਚ ਤੁਸੀਂ ਖਬਰ ਨਹੀਂ ਲੱਗਣ ਦਿੰਦੇ ਜੇ ਕੋਈ ਲਾ ਦਿੰਦਾ ਤੇ ਉੱਤੇ ਪਰਚਾ ਕਰ ਦਿੰਦੇ ਉਹ ਕੱਲ੍ਹ ਵੀ ਲੋਕਾਂ ਨੂੰ ਪਤਾ ਹੀ ਹੈ ਕਿਵੇਂ DGP ਸਾਹਿਬ ਦਾ ਦਫ਼ਤਰ ਵਰਤਿਆ ਗਿਆ ਖਬਰਾਂ ਰੋਕਣ ਵਾਸਤੇ ਚਲੋ ਉਹ ਗੱਲ ਵੱਖਰੀ ਹੈ ਮਗਰ ਅੱਜ ਮੈਂ ਇਹ ਵੀ ਦੱਸ ਦਿਆਂ ਪੰਜਾਬੀਆਂ ਨੂੰ ਕਿ ਇਹਨਾਂ ਨੇ ਇੱਕ ਜਿਹੜਾ ਝੂਠਾ ਕੇਸ ਮੇਰੀ ਧਰਮ ਪੱਤਰੀ ਤੇ MLA ਤੇ ਪਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹਦੇ 'ਚ ਇਹਨਾਂ ਦੀ ਚੀਫ ਮਿਨਿਸਟਰ ਉਹਨਾਂ ਦਾ ਚੀਫ ਮਿਨਿਸਟਰ ਦਾ ਆਫਿਸ ਪੰਨੂ ਇਹ ਸਾਰੇ ਉਹਦੇ 'ਚ ਪ੍ਰੋਡਿਊਸਰ ਡਾਇਰੈਕਟਰ ਸਨ ਅੱਜ ਆਨਰੇਬਲ ਹਾਈ ਕੋਰਟ ਨੇ ਉਹਦੇ 'ਤੇ ਸਟੇ ਲਾਤੀ ਹੈ ਔਰ ਆਪਦਾ ਆਰਡਰ ਉਹ ਬੜੀ ਛੇਤੀ ਅਪਲੋਡ ਹੋ ਜੂਗਾ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਇਸ ਲਈ ਬੜੀ ਛੇਤੀ ਮਿਲਾਂਗੇ ਆਰਾਮ ਨਾਲ ਬਹਿ ਕੇ ਮੈਂ ਤੁਹਾਡੇ ਰੂਬਰੂ ਹੋਊਂਗਾ ਸਾਰੀਆਂ ਗੱਲਾਂ ਖੁੱਲ੍ਹ ਕੇ ਕਰੂੰਗਾ ਮਗਰ ਅੱਜ ਸਿਰਫ ਇੱਕ ਤਲਾਹ ਦੇਣੀ ਸੀ ਬ੍ਰੇਕਿੰਗ ਨਿਊਜ਼ ਮਗਰ ਦੁੱਖ ਇਸ ਗੱਲ ਦਾ ਹੈ ਕਿ ਸੱਦਾ ਪੱਤਰ ਮੁੱਖ ਮੰਤਰੀ ਵੱਲੋਂ ਨਹੀਂ ਆਇਆ ਜਿਹੜੀ ਮੈਨੂੰ ਆਸ ਸੀ ਕਿ ਆਊਗੀ ਔਰ ਮੈਂ ਉਡੀਕ ਕਰਦਾ ਸੀ ਜੀ ਦੋ ਦਿਨ ਲੇਟ ਹੋ ਗਏ ਕੱਲ੍ਹ ਬੜੀਆਂ ਮੀਟਿੰਗਾਂ ਸ਼ੀਟਿੰਗਾਂ ਕੀਤੀਆਂ ਦਬਕੇ ਵੀ ਮਾਰੇ ਗਏ ਕਿ ਸੱਦੋ ਭਾਈ ਉਹਨੂੰ ਸੱਦੋ ਭਾਈ ਦਬਕਿਆਂ ਦੀ ਤਾਂ ਲੋੜ ਨਹੀਂ ਤੂੰ ਸਿਰ ਮੁੱਖ ਮੰਤਰੀ ਹੈ ਜਾਂ ਆਰਡਰ ਚੱਲਣਾ ਅਸੀਂ ਆਵਾਂਗੇ ਥੋਕ ਵਜਾ ਕੇ ਆਵਾਂਗੇ ਔਰ ਤੇਰਾ ਪਰਦਾ ਪਾਸ਼ ਕਰਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਗਰੀਬ ਲੋਕਾਂ ਨੂੰ ਔਰ ਖਾਸ ਕਰਕੇ ਉਹ ਪਰਿਵਾਰ ਜਿਨ੍ਹਾਂ ਕੋਲ ਪੈਸਾ ਨਹੀਂ ਹੈ ਕੋਈ ਜਗ੍ਹਾ ਖਰੀਦਣ ਦੇ ਲਈ ਘਰ ਨਹੀਂ ਬਣਾ ਸਕਦੇ ਸੋ ਭਾਵੇਂ ਉਹ ਕਿਸੇ ਵੀ ਜਾਤੀ ਬਰਾਦਰੀ ਧਰਮ ਦੇ ਨਾਲ ਸੰਬੰਧਿਤ ਹੈਗਾ ਆ ਅੱਜ 60 ਪਲਾਟ ਗ੍ਰਾਮ ਪੰਚਾਇਤ ਗਟਾਰੂ ਚੱਕ ਨੇ ਜਿਹੜੇ ਆ ਉਹ ਵੰਡੇ ਆ ਆਪਣੇ ਪਿੰਡ ਦੇ ਉਹਨਾਂ ਪਰਿਵਾਰਾਂ ਨੂੰ ਜਿਹੜੇ ਲੋੜਵੰਦ ਸਨ ਸੋ ਮੈਂ ਸਭ ਤੋਂ ਪਹਿਲਾਂ ਤਾਂ ਜਿਹਨਾਂ ਨੂੰ ਪਲਾਟ ਮਿਲੇ ਆ ਅੱਜ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਇਹ ਵੀ ਮੈਂ ਆਸ ਕਰਦਾ ਕਿ ਉਹ ਬਹੁਤ ਜਲਦੀ ਇਹਨਾਂ ਪਲਾਟਾਂ ਦੇ ਉੱਤੇ ਆਪਣੇ ਮਕਾਨਾਂ ਦੀ ਉਸਾਰੀ ਕਰਨਗੇ ਕਿਉਂ ਜੋ ਇਹ ਰਿਹਾਇਸ਼ੀ ਪਲਾਟ ਲੋਕਾਂ ਨੂੰ ਦਿੱਤੇ ਗਏ ਆ ਸੋ ਇਹਦਾ ਨਾ ਤਾਂ ਕੋਈ ਅੱਗੇ ਵੇਚ ਸਕੇਗਾ ਨਾ ਇਹਨੂੰ ਤਬਦੀਲ ਕਰ ਸਕੇਗਾ ਸੋ ਬਹੁਤ ਹੀ ਸ਼ਾਨਦਾਰ ਵੱਡੀਆਂ ਜਿਹੜੀਆਂ ਨੇ ਇੱਥੇ ਉਹ ਸੜਕਾਂ ਵਿੱਚ ਛੱਡੀਆਂ ਗਈਆਂ ਆ ਸੋ ਮੈਂ ਸਭ ਪਿੰਡ ਵਾਸੀਆਂ ਨੂੰ ਮੇਰੇ ਵੱਲੋਂ ਵਧਾਈਆਂ ਨੇ ਸੋ ਇਸ ਪਿੰਡ ਦਾ ਜਿੰਨਾ ਵੀ ਕਰਜ਼ ਉਤਾਰ ਲਈ ਉਨਾ ਥੋੜ੍ਹਾ ਇਸ ਪਿੰਡ ਨੇ ਮੈਨੂੰ ਬੜਾ ਬੂਸਟ ਕੀਤਾ ਹਰ ਟਾਈਮ ਸੋ ਅੱਜ ਮੈਨੂੰ ਖੁਸ਼ੀ ਵੀ ਹੋ ਰਹੀ ਹੈ ਕਿ ਮੈਂ ਇਹਨਾਂ ਨੂੰ ਪਲਾਟ ਵੰਡੇ ਆ ਔਰ ਹਰ ਤਬਕੇ ਹਰ ਭਾਈਚਾਰੇ 'ਚੋਂ ਜਿਹੜੇ ਲੋੜਵੰਦ ਬੰਦੇ ਉਹਨਾਂ ਦੀ ਸ਼ਨਾਖਤ ਕਰਕੇ ਪੰਜਾਬ ਨੇ ਅੱਜ 60 ਪਲਾਟ ਗ੍ਰਾਮ ਪੰਚਾਇਤ ਘਟਾਰੂ ਚੱਕ ਦੀ ਅਗਵਾਈ ਦੇ ਵਿੱਚ ਔਰ ਮੈਂ ਬਸ ਮੁਬਾਰਕਾਂ ਵੀ ਅਤੇ ਨਾਲ ਉਹਨਾਂ ਨੂੰ ਇਸ ਗੱਲ ਦੀ ਹਦਾਇਤ ਵੀ ਕਰ ਰਿਹਾ ਕਿ ਜਿੰਨੀ ਜਲਦੀ ਹੋਵੇ ਇੱਥੇ ਮਕਾਨਾਂ ਦੀ ਉਸਾਰੀ ਕਰ ਦਿੱਤੀ ਜਾਵੇ ਪੰਜਾਬ ਸਰਕਾਰ ਬੜੇ ਬੜੇ ਦਾਅਵੇ ਕਰ ਰਹੀ ਸੀ ਤੇ ਕੱਲ੍ਹ ਦੇਖਿਆ ਬੱਸਾਂ ਸਰਕਾਰੀ ਬੱਸਾਂ ਤੱਕ ਦੁਰਵਰਤੋਂ ਕੀਤੀ ਗਈ ਹੈ ਤੇ ਲੋਕ ਫਿਰ ਵੀ ਨਹੀਂ ਗਏ ਉੱਥੇ ਦੇਖੋ ਇਸ ਸਰਕਾਰ ਦਾ ਪਰਦਾ ਫਾਸ਼ ਹੋ ਗਿਆ ਲੋਕੀ ਇਹਨਾਂ ਦੀ ਅਸਲੀਅਤ ਜਾਣ ਗਏ ਨੇ ਕਿ ਮੁੱਖ ਮੰਤਰੀ ਸਾਹਿਬ ਨੂੰ ਸਿਰਫ ਗਲਾ ਦਾ ਕੜਾ ਬਣਾਉਣਾ ਆਉਂਦਾ ਹੈਗਾ ਇਹ ਝੂਠ ਦੇ ਵਪਾਰੀ ਨੇ ਆਮ ਆਦਮੀ ਪਾਰਟੀ ਭਾਵੇਂ ਕੇਜਰੀਵਾਲ ਹੋਏ ਭਾਵੇਂ ਭਗਵੰਤ ਮਾਨ ਹੋਏ ਇਹਨਾਂ ਨੇ ਝੂਠ ਮਾਰ ਮਾਰ ਮੁੱਖ ਮੰਤਰੀ ਬਣ ਗਏ ਤੇ 2 ਸਾਲ ਤੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ
जिहड़े अपने आप नूं आम आदमी कहलांदे ना लोकां दे नेड़े गए ना ही किए हुए वादिया एक भी पूरा कोई किया जेडे जीरो बिल के इश्तहार कदे आ बीबिया मेरे को गरीब खड़े ने जिन्होंने 27-27 हज़ार के बिल आए हैं। सो हरेक चीज़ ना 1000 रुपये किसी के खाते च आए ना 2500 किसी बुजुर्ग को पेनशन मिली है। बादल साहब के दिते हुए कार्ड उल्टा कट दिते शगन के चैक बंद करते एक इट नहीं लगी हैगी किसी हल्के च बल्कि 60,000 करोड़ का कर्जा पंजाब के सूबे के उत्ते चढ़ाता ते कल्ले गल्ला मार के हुण लोकां नूं गुमराह करन वास्ते तुसीं देखो बसां हैगियां लोकां दी सुविधा वास्ते सरकार दे खजाने तो बसां चलदियां ने लोकां नूं इत्थे उत्थे ले जाण वास्ते लेकिन केजरीवाल दी रैली चमकाण वास्ते हर बारी भावें किसे कमरे दा उद्घाटन होए भावें किसे स्कूल दे कमरे दा हस्पताल दे कमरे दा दिल्लियों केजरीवाल आके उद्घाटन करदा क्योंकि उह केजरीवाल भी मुख्यमंत्री नूं उद्घाटन करन लायक नहीं समझदा उहदी आप दी पार्टी च ही मुख्यमंत्री दी इज्जत नहीं है ते सरकारी बसा का खर्चा लोगों के सिरा ते पा के लोगों ढा के उत्थे वास्ते लैके जाते ने रैली वास्ते लेकिन एक दो बारी तो लोग गुमराह हो गए। हुण तो जिवें मान साहब की बेटी ने ही जग जाहिर करता जिहड़ा घर का भेदी लंका डाए बेटी तो वध कोई नहीं जाता पिता नूं परिवार नूं ते किवें दुखी तरीके दे नाल बेटी ने दस्या कि पिता किवें झूठ बोल के गुमराह कर रहा पंजाब दे लोकी जाग जाओ ते लोकी दा जागण दा ये नतीजा होया कि भावें सरकारी बसा खड़ी करके लोगों उहदे विच भरन की कोशिश की लेकिन सारिया सीटा खाली सीगियां लोकी समझ गए ने जिहड़ा कहिंदा कि घर जाके हुण सुविधावां लोगों मिलनगियां कि सुविधा तो जिथे जब दफ्तर जाते उत्थे नहीं मिलते इन्हें मुलाजम कितने जिथे घर घर जाके मिल जाएंगे। ये सिर्फ भ्रिष्टाचार का एक नई दुकान चला रहा है जिवें मोहल्ला क्लीनिक भी इस करके चलाई सी ये हर चीज़ कदे पंजाब के पैसे कमाने वास्ते तो लोग हुण भली भांति समझ गए ने हुण इहदे झांसिआं ते नहीं आना हुण जिहड़े झाड़ू के नाल इन्हां लोगों ने 92 दे के घर के अंदर वाड़िया सी उस झाड़ू के नाल इस गंदी सरकार नूं लोगों ने झाड़ू मार के दफा करना है।